ਫਿਰੋਜ਼ਪੁਰ ਦੇ ਪਿੰਡ ਮਹਾਲਮ ਵਿੱਚ ਟ੍ਰੇਨ ਹੇਠਾਂ ਆਉਣ ਕਾਰਨ ਇੱਕ ਨੌਜਵਾਨ ਲੜਕੇ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ, ਜਿਸ ਨੂੰ ਲੈ ਕੇ ਪਰਿਵਾਰ ਵੱਲੋਂ ਲੜਕੇ ਦਾ ਕਤਲ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ, ਮ੍ਰਿਤਕ ਨੌਜਵਾਨ ਦਇਆ ਸਿੰਘ ਉਰਫ ਭੇਜੂ ਪੁੱਤਰ ਗੁਰਚਰਨ ਸਿੰਘ, ਜਿਸ ਨੇ ਚੰਡੀਗੜ੍ਹ ਜਾਣਾ ਸੀ ਪਰ ਟ੍ਰੇਨ ਲੰਘ ਜਾਣ ਕਾਰਨ ਉਹ ਵਾਪਸ ਆ ਗਿਆ ਅਤੇ ਪਿੰਡ ਦੇ ਅਟਾਰੀ ਅੱਡੇ 'ਤੇ ਚਲਾ ਗਿਆ, ਜਿਸ ਦੌਰਾਨ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕੁਝ ਮੁੰਡੇ ਉਸਨੂੰ ਮੋਟਰਸਾਈਕਲ 'ਤੇ ਬਿਠਾ ਰੇਲਵੇ ਸਟੇਸ਼ਨ ਵੱਲ ਲੈ ਕੇ ਗਏ ਸਨ। ਇਸ ਲਈ ਉਹਨਾਂ ਨੂੰ ਸ਼ੱਕ ਹੈ ਕਿ ਦਇਆ ਟ੍ਰੇਨ ਹੇਠਾਂ ਨਹੀਂ ਆਇਆ ਬਲਕਿ ਉਸਨੂੰ ਜਾਨੋਂ ਮਾਰ ਕੇ ਜਾਣ ਬੁੱਝ ਕੇ ਟ੍ਰੇਨ ਦੀ ਪਟੜੀ 'ਤੇ ਸੁੱਟਿਆ ਗਿਆ ਹੈ। ਉਸਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਮੌਜੂਦ ਹਨ। ਉਹਨਾਂ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ। ਦੂਸਰੇ ਪਾਸੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਸੰਬੰਧੀ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਾਇਆ ਜਾਵੇਗਾ ਅਤੇ ਪਤਾ ਲਗਾਇਆ ਜਾਵੇਗਾ ਕਿ ਮ੍ਰਿਤਕ ਦੇ ਸਰੀਰ 'ਤੇ ਜੋ ਸੱਟਾਂ ਨੇ ਉਹ ਹੁਣ ਮਾਰੀਆਂ ਗਈਆਂ ਜਾਂ ਪਹਿਲਾਂ ਦੀਆਂ ਨੇ, ਅਤੇ ਪੋਸਟਮਾਰਟਮ ਦੀ ਰਿਪੋਰਟ ਵਿੱਚ ਜੋ ਸੱਚ ਸਾਹਮਣੇ ਆਵੇਗਾ ਉਸ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਮੇਰਾ ਲੜਕਾ ਦਇਆ ਸਿੰਘ ਜੋ ਚੰਡੀਗੜ੍ਹ ਜਾਣ ਲਈ ਤਿਆਰੀ ਵਰਤੀ ਹੋਈ ਸੀ ਅਤੇ 6 ਵਾਲੀ ਗੱਡੀ ਉਹਨੇ ਚੜ੍ਹਨਾ ਸੀ। ਉਸ ਤੋਂ ਉਪਰੰਤ ਗੱਡੀ ਜਿਹੜੀ ਉਹ ਰਵਾਨਾ ਹੋ ਗਈ, ਇਹ ਚੜ੍ਹ ਨਹੀਂ ਸਕਿਆ। ਉਸ ਤੋਂ ਉਪਰੰਤ ਇਹ ਟਾਰੀ ਕੁਝ ਬੰਦਿਆਂ ਦੇ ਨਾਲ ਬੈਠਾ ਰਿਹਾ। ਉਸ ਤੋਂ ਉਪਰੰਤ ਕੋਈ 7 ਵਜੇ ਅਤੇ 55 ਮਿੰਟ 'ਤੇ ਜੋ ਕੈਮਰੇ ਦੇ ਵਿੱਚ ਆਇਆ ਉੱਥੇ ਪਿੰਡ ਦੇ ਵਿੱਚ ਆਇਆ ਅਤੇ ਉਸ ਤੋਂ ਉਪਰੰਤ ਰੇਲਵੇ ਸਟੇਸ਼ਨ ਨੂੰ ਲੈ ਗਏ ਨੇ। ਮੁੰਡੇ ਸ਼ਰਾਬ ਇਹਨਾਂ ਪੀਤੀ ਸੀ ਅਤੇ ਉਸ ਤੋਂ ਉਪਰੰਤ ਸਾਨੂੰ ਕੋਈ ਪਤਾ ਨਹੀਂ ਲੱਗਾ। ਇਹ ਤੁਹਾਨੂੰ ਕੀ ਲੱਗਦਾ ਕਿਹਨੇ ਸੁਸਾਈਡ ਕੀਤਾ, ਕਿਹਦਾ ਕਤਲ ਹੋਇਆ? ਨਹੀਂ, ਇਹ ਕਤਲ ਹੋਇਆ। ਸਰਨ ਸਿੰਘ ਕੀ ਲੱਗਦਾ ਸੀ ਤੁਹਾਡੇ ਆਪਣਾ ਭਤੀਜਾ ਹੀ ਸਾਦਾ ਹੁੰਦਾ ਸੀ ਅਤੇ ਕੀ ਕਾਰਨ ਕੀ ਬਣਿਆ ਸਰ? ਕਾਰਨ ਬਣਿਆ ਵੀ ਇਹ ਪਿੰਡ ਮਾਲਮ ਸਾਡਾ ਅਤੇ ਮਾਲਮ ਦੇ ਵਿੱਚ ਹੀ ਸਟੇਸ਼ਨ ਤੋਂ ਉਹ ਮੁੰਡੇ ਨੂੰ ਨਾਲ ਲੈ ਕੇ ਗਏ ਨੇ। ਉੱਥੇ ਜਾ ਕੇ ਇਹਨੂੰ ਲੈਣ ਦੇ ਵਿੱਚ ਸੱਟ ਕੇ ਇਹਨੂੰ ਮਾਰਤਾ। ਅਤੇ ਪ੍ਰਸ਼ਾਸਨ ਉੱਥੇ ਪਹੁੰਚਿਆ? ਹਾਂ, ਗਿਆ ਪ੍ਰਸ਼ਾਸਨ ਗਿਆ ਸੀ ਹੁਣ। ਅਤੇ ਕਿੱਦਾਂ ਪ੍ਰਸ਼ਾਸਨ ਕੀ ਕਹਿ ਰਿਹਾ? ਪ੍ਰਸ਼ਾਸਨ ਕਹਿੰਦਾ ਅਸੀਂ ਕਾਰਵਾਈ ਕਰਾਂਗੇ। ਠੀਕ ਆ, ਤੁਸੀਂ ਨਾਮ ਲਿਖਾਏ ਨੇ ਜਿਨ੍ਹਾਂ 'ਤੇ ਕੋਈ ਕਾਰਵਾਈ ਦਾ? ਹਾਂ, ਦੱਸਾਂਗੇ ਨਾਂ, ਤੁਹਾਨੂੰ ਦੱਸੇ ਨੇ, ਪ੍ਰਸ਼ਾਸਨ ਨੂੰ ਦੱਸੇ ਨਾਂ ਜਿਨ੍ਹਾਂ ਜਿਨ੍ਹਾਂ ਸਾਨੂੰ ਸ਼ੱਕ ਹੈਗਾ। ਸੋ ਤੁਸੀਂ ਇਹ ਮਤਲਬ ਕੀ ਕਹਿ ਰਹੇ ਹੋ ਕਿ ਇੱਕ ਕਤਲ ਕੀਤਾ ਗਿਆ? ਹਾਂ ਬਿਲਕੁਲ ਜੀ, ਕਤਲ ਕੀਤਾ ਗਿਆ, ਇਹਨੂੰ ਉੱਥੇ ਜਾ ਕੇ ਮਾਰ ਕੇ ਸੱਟਿਆ ਗਿਆ। ਸਰ ਜੀ, ਅੱਜ ਇੱਥੇ ਕੀ ਵਾਕਿਆ ਹੋਇਆ ਸਾਰਾ ਜੀ? ਦੇਖੋ ਜੀ, ਸਾਨੂੰ ਤਾਂ ਮੀਮੋ ਮਿਲੀ ਆ ਰੇਲਵੇ ਸਟੇਸ਼ਨ ਮਾਸਟਰ ਤੋਂ, ਇੱਦਾਂ ਦਾ ਰੇਲ ਗੱਡੀ ਥੱਲੇ ਬੰਦਾ ਆਇਆ, ਡਰਾਈਵਰ ਨੇ ਦੱਸਿਆ ਵੀ ਪਾਸਿੰਗ ਕਰ ਰਿਹਾ ਸੀ। ਬਾਕੀ ਮੌਕੇ 'ਤੇ ਪਹੁੰਚੇ ਆ, ਮੌਕਾ ਮਿਲਾ ਸਾਰਿਆਂ ਨੂੰ ਸਾਹਮਣੇ ਕੀਤਾ ਜੀ ਤੁਹਾਡੇ ਨੇ। ਇਹਦੀ ਕਾਰਵਾਈ ਜੋ ਵੀ ਹੋਊਗੀ ਦਰਖਾਸਤ ਦੇ ਮੁਤਾਬਕ ਅਮਲ 'ਚ ਲਿਆਂਦੀ ਜਾਊਗੀ। ਪੋਸਟਮਾਰਟਮ ਕਰਵਾ ਕੇ ਇਹਦੇ ਕਲੀਅਰ ਹੋਊਗਾ ਕਿ ਕਿੱਦਾਂ ਸੱਟਾਂ ਵੱਜੀਆਂ ਨੇ, ਮਰਨ ਤੋਂ ਪਹਿਲਾਂ ਦੀਆਂ ਨੇ ਜਾਂ ਮਰਨ ਤੋਂ ਬਾਅਦ ਦੀਆਂ ਨੇ। ਪਰਿਵਾਰ ਵੱਲੋਂ ਕੁਝ ਸ਼ੰਕਾ ਦੱਸਿਆ ਜਾ ਰਿਹਾ? ਸ਼ੰਕਾ ਪ੍ਰਗਟਾਈ ਜਾ ਰਹੀ ਹੈ ਵੀ ਹੋ ਸਕਦਾ ਹੈ ਕਿ ਕਿਸੇ ਨੇ ਇਹਨੂੰ ਮਾਰਿਆ ਹੋਵੇ ਜਾਂ ਵਗਲਾ ਕੇ ਇੱਥੇ ਲਿਆਂਦਾ ਹੋਵੇ। ਜੋ ਬਾਅਦ ਦੀਆਂ ਜਾਂਚ ਦਾ ਵਿਸ਼ਾ ਹੈ, ਜਿਹਦੀ ਜਾਂਚ ਪੂਰੀ ਕੀਤੀ ਜਾਊਗੀ, ਅਮਲ 'ਚ ਲਿਆਂਦੀ ਜਾਊਗੀ। ਜੋ ਵੀ ਕਾਰਵਾਈ ਹੋਈ ਸਾਹਮਣੇ ਆਊਗੀ, ਤੱਥਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਊਗੀ।